2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਸ਼ੱਕ ਅਜੇ 6 ਮਹੀਨੇ ਤੋਂ ਵੱਧ ਸਮਾਂ ਪਿਆ ਹੈ ਪਰ ਸਿਆਸੀ ਪਾਰਟੀ ਨੇ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਨ ਲਈ ਵਰਕਰ ਮੀਟਿੰਗਾਂ ਦਾ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਜੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਜੀਰਾ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਿੱਥੇ ਅਨੇਕਾਂ ਵਰਕਰਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ ਉਹਨਾਂ ਨੂੰ ਪਾਰਟੀ ਵਿੱਚ ਘਰ ਵਾਪਸੀ ਕਰਵਾਈ ਅਤੇ ਇਸ ਦੇ ਨਾਲ ਹੀ ਕਈ ਹੋਰ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਧੀਆ ਹੁੰਗਾਰਾ ਮਿਲ ਰਿਹਾ ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੀਰਾ ਦੀ ਸੀਟ ਉੱਪਰ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ ਸਰ ਜੋ ਅੱਜ ਤੁਸੀਂ ਪਿੰਡਾਂ ਵਿੱਚ ਵਰਕ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਅੱਜ ਤਾਂ ਮੇਨ ਜਿਹੜਾ ਕਮਾਲਗੜ੍ਹ ਦਾ ਇਕੱਠ ਸੀਗਾ ਕਮਾਲਗੜ੍ਹ ਪਿੰਡ ਵਿੱਚ 17-18 ਸਰਪੰਚ ਨੰਬਰਦਾਰ ਮੈਂਬਰ ਇਹ ਸ਼ਾਮਿਲ ਹੋਏ ਸੀ ਅਤੇ ਬਹੁਤ ਵਧੀਆ ਹੁੰਗਾਰਾ ਹਲਕੇ 'ਚ ਮੱਲਾਂ ਵਾਲਾ ਅਤੇ ਮਫੂ ਤਾਂ ਪਹਿਲਾਂ ਹੀ ਤੁਰ ਪਿਆ ਸੀ ਇਹ ਹੀ ਗੁੱਠ ਜੀ ਰਹਿੰਦੀ ਸੀ ਇਹ ਅੱਜ ਜਿਹੜਾ ਕਮਾਲਗੜ੍ਹ ਵਾਲਾ ਫੰਕਸ਼ਨ ਹੋਇਆ ਇਹਦੇ ਨਾਲ ਬਹੁਤ ਵੱਡਾ ਬਲ ਮਿਲਿਆ ਰਹਿੰਦਾ ਖੁੰਦਾ 2 ਤਰੀਕ ਨੂੰ ਦਾ ਜਿਹੜੀ ਸ਼ਨਿਚਰਵਾਰ ਹੈ ਉਸ ਦਿਨ ਬੰਬ ਦੇ ਪਿੰਡ ਹੈ ਸੋ ਇਹ ਸਾਰਾ ਹੀ ਏਰੀਆ ਜਿਹੜਾ ਉਹ ਕਵਰ ਹੋ ਜਾਣਾ ਸਾਰੇ ਹਲਕੇ 'ਚ ਹੀ ਬਹੁਤ ਵਧੀਆ ਲੋਕਾਂ ਨੂੰ ਉਤਸ਼ਾਹ ਹੈ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਸਾਰਾ ਹੀ ਬਹੁਤ ਵਧੀਆ ਸਰ ਜਿਹੜੇ ਸਰਪੰਚ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਆ ਇਹ ਕਿਹੜੀਆਂ ਕਿਹੜੀਆਂ ਪਾਰਟੀਆਂ ਤੋਂ ਆਏ ਜਾਂ ਆਪਣੀ ਪਾਰਟੀ ਦੇ ਰੁਖ ਕੁਛ ਤਾਂ ਆਪਣੇ ਵਾਲੇ ਤਾਂ ਆਪਣੀ ਪਾਰਟੀ ਦੇ ਸੀਗੇ ਜੀ ਜਿਹੜੇ ਬੈਠੇ ਸੀ ਘਰ ਉਹਨਾਂ ਨੂੰ ਉਠਾਇਆ ਜਿਹੜੇ ਨਿਰਾਸ਼ ਹੋ ਕੇ ਬੈਠੇ ਸੀ ਮਹੀਨੇ ਤੋਂ ਉਹ ਉੱਠੇ ਆ ਕੁਛ ਕਾਂਗਰਸ ਪਾਰਟੀ ਦੇ ਬੰਦੇ ਵੀ ਸ਼ਾਮਲ ਹੋਏ ਦੋ ਹਜ਼ਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਸ਼ੱਕ ਅਜੇ 6 ਮਹੀਨੇ ਤੋਂ ਵੱਧ ਸਮਾਂ ਪਿਆ ਹੈ ਪਰ ਸਿਆਸੀ ਪਾਰਟੀ ਨੇ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਨ ਲਈ ਵਰਕਰ ਮੀਟਿੰਗਾਂ ਦਾ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਜੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਜੀਰਾ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਿੱਥੇ ਅਨੇਕਾਂ ਵਰਕਰਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ ਉਹਨਾਂ ਨੂੰ ਪਾਰਟੀ ਵਿੱਚ ਘਰ ਵਾਪਸੀ ਕਰਵਾਈ ਅਤੇ ਇਸ ਦੇ ਨਾਲ ਹੀ ਕਈ ਹੋਰ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਧੀਆ ਹੁੰਗਾਰਾ ਮਿਲ ਰਿਹਾ ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੀਰਾ ਦੀ ਸੀਟ ਉੱਪਰ ਵੱਡੀ ਜਿੱਤ ਹਾਸਲ ਕੀਤੀ ਜਾਵੇਗੀ ਸਰ ਜੋ ਅੱਜ ਤੁਸੀਂ ਪਿੰਡਾਂ ਵਿੱਚ ਵਰਕ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਅੱਜ ਤਾਂ ਮੇਨ ਜਿਹੜਾ ਕਮਾਲਗੜ੍ਹ ਦਾ ਇਕੱਠ ਸੀਗਾ ਕਮਾਲਗੜ੍ਹ ਪਿੰਡ ਵਿੱਚ 17-18 ਸਰਪੰਚ ਨੰਬਰਦਾਰ ਮੈਂਬਰ ਇਹ ਸ਼ਾਮਲ ਹੋਏ ਸੀ ਅਤੇ ਬਹੁਤ ਵਧੀਆ ਹੁੰਗਾਰਾ ਹਲਕੇ 'ਚ ਮੱਲਾਂ ਵਾਲਾ ਅਤੇ ਮਫੂ ਤਾਂ ਪਹਿਲਾਂ ਹੀ ਤੁਰ ਪਿਆ ਸੀ ਇਹ ਹੀ ਗੁੱਠ ਜੀ ਰਹਿੰਦੀ ਸੀ ਇਹ ਅੱਜ ਜਿਹੜਾ ਕਮਾਲਗੜ੍ਹ ਵਾਲਾ ਫੰਕਸ਼ਨ ਹੋਇਆ ਇਹਦੇ ਨਾਲ ਬਹੁਤ ਵੱਡਾ ਬਲ ਮਿਲਿਆ ਰਹਿੰਦਾ ਖੁੰਦਾ 2 ਤਰੀਕ ਨੂੰ ਦਾ ਜਿਹੜੀ ਸ਼ਨਿਚਰਵਾਰ ਹੈ ਉਸ ਦਿਨ ਬੰਬ ਦੇ ਪਿੰਡ ਹੈ ਸੋ ਇਹ ਸਾਰਾ ਹੀ ਏਰੀਆ ਜਿਹੜਾ ਉਹ ਕਵਰ ਹੋ ਜਾਣਾ ਸਾਰੇ ਹਲਕੇ 'ਚ ਹੀ ਬਹੁਤ ਵਧੀਆ ਲੋਕਾਂ ਨੂੰ ਉਤਸ਼ਾਹ ਹੈ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਸਾਰਾ ਹੀ ਬਹੁਤ ਵਧੀਆ ਸਰ ਜਿਹੜੇ ਸਰਪੰਚ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਆ ਇਹ ਕਿਹੜੀਆਂ ਕਿਹੜੀਆਂ ਪਾਰਟੀਆਂ ਤੋਂ ਆਏ ਜਾਂ ਆਪਣੀ ਪਾਰਟੀ ਦੇ ਰੁਖ ਕੁਛ ਤਾਂ ਆਪਣੇ ਵਾਲੇ ਤਾਂ ਆਪਣੀ ਪਾਰਟੀ ਦੇ ਸੀਗੇ ਜੀ ਜਿਹੜੇ ਬੈਠੇ ਸੀ ਘਰ ਉਹਨਾਂ ਨੂੰ ਉਠਾਇਆ ਜਿਹੜੇ ਨਿਰਾਸ਼ ਹੋ ਕੇ ਬੈਠੇ ਸੀ ਮਹੀਨੇ ਤੋਂ ਉਹ ਉੱਠੇ ਆ ਕੁਛ ਕਾਂਗਰਸ ਪਾਰਟੀ ਦੇ ਬੰਦੇ ਵੀ ਸ਼ਾਮਲ ਹੋਏ